लो जी असी आ इत्थे धरने ने नौ पत्थर रोड़ियां इत्थे हुण दसूगा मुंडा भी धरनियां किवें ने जे जिथे पत्थर धर लिया उरों आपां स्टार्ट नहीं करना हैगा गिणना हां इक उरे गिणना नहीं उरों गिण सकदे आ इक दो तीन हां तीन गिणे ते धरना जिथे तीन आ गया उत्थे धरना गिणती जिथों मर्जी शुरू करो हां पत्थर तो नहीं शुरू करनी पत्थर तो नहीं शुरू करनी पत्थर दे उपर दी टप सकदे आ इक दो ऐ टप सकदे आपां हां ऐ भी टप सकदे जिद्दन मर्जी टप लो पर उरों नहीं गिणना गा इक दो तीन बाद चो दसांगे थानू इहदा आंसर बंदे कई लगे पए ने चौकीदार साहब भी लगे पए ने साडे पिंड दे इक दो तीन उलझ गई टाणी भाई टाणी उलझ गई सवाल होया नहीं हल हो गया तूने करया नहीं गया दसो फिर आप दुबारे रख देने ते पलटी होई तेरी आंख तंदा दूसरी साइड तेनू किवें हो गई सी चौकीदार नु धरन दे काहे काहे नु धरन दे तू आए रखे होए ते जी आ मैं चक ले दो पत्थर रखणे आ दसो कितन पलटी होऊ ਇੱਥੋਂ ਕਹਿੰਦੀ ਪਲਟੀ ਦੇ ਕਿਹਨੂੰ ਗਾਹ ਕਰਦਾ ਇੱਧਰ ਨੂੰ ਨਹੀਂ ਨਹੀਂ ਪੱਥਰ ਤੋਂ ਗਿਣਨਾ ਨਹੀਂ ਨਾ ਪੱਥਰ ਤੋਂ ਗਿਣ ਨਹੀਂ ਨਾ ਸਕਦੇ ਆਪਾਂ ਉਰੋਂ ਰੋੜੀ ਤੋਂ ਨਹੀਂ ਗਿਣ ਸਕਦੇ ਆਪਾਂ ਰੋੜੀ ਦੇ ਉੱਤੇ ਦੀ ਗਿਣ ਸਕਦੇ ਆ ਸਕਦੇ ਆ ਸਵਾਲ ਜ਼ਿਆਦਾ ਡੂੰਘਾ ਹੈ ਬੰਦਾ ਸਾਡਾ ਅੱਗ ਦਾ ਹੀਲਾ ਕਰਦਾ ਫਿਰਦਾ ਕਹਿੰਦਾ ਠੰਡ ਲੱਗਦੀ ਆ ਵੀ ਲੱਕੜਾਂ ਇਕੱਠੀਆਂ ਕਰ ਲਈਏ ਕਹਿੰਦਾ ਵੀ ਹਨੇਰੇ ਤੱਕ ਇਹੀ ਸਵਾਲ ਹੱਲ ਕਰਕੇ ਅੱਜ ਕਹਿੰਦਾ ਹੱਲ ਕਰਕੇ ਜਾਣਾ ਮੈਂ ਇੱਕ ਬੰਦੇ ਦੇ ਹੱਥ ਖੜੇ ਨੇ ਉੱਪਰ ਨੂੰ ਕਰ ਦਿਓ ਹੱਥ ਹੱਥ ਨਹੀਂ ਜੀ ਸਾਡੇ ਹੈਗੇ ਸੋਚਦੇ ਹਾਂ ਅੱਛਾ ਹਲੇ ਸੋਚ ਰਹੇ ਨੇ ਅੱਗ ਬਲੇ ਦੇ ਕਾ ਸਿਲਸਿਲਾ ਸ਼ੁਰੂ ਹੋਊਗਾ ਇਹ ਕਹਿੰਦਾ ਮੈਂ ਸਵਾਲ ਹੱਲ ਕਰਕੇ ਘਰੇ ਜਾਣਾ ਅੱਜ ਇਹ ਪਾ ਰਹੇ ਨੇ ਸੰਤੂ ਸਾਹਿਬ ਆਪਾਂ ਨੂੰ ਸਵਾਲ ਲੈ ਬਾਈ ਮੈਂ ਧਰ ਕੇ ਦਿਖਾਉਣ ਲੱਗਿਆ ਹੁਣ ਇੱਕ ਵਾਰੀ ਕਹਿੰਦੇ ਨੌ ਰੋੜੀਆਂ ਧਰਨੀਆਂ ਨੇ ਕਿਵੇਂ ਧਰਨੀਆਂ ਨੇ ਇਹ ਹੁਣ ਤੁਹਾਨੂੰ ਦੱਸਣ ਲੱਗੇ ਨੇ ਇੱਕ ਦੋ ਤਿੰਨ ਇੱਕ ਦੋ ਤਿੰਨ ਲਓ ਜੀ ਆ ਲਓ ਜੀ ਰੋੜੀਆਂ ਧਰਤੀਆਂ ਨੌ ਆਏ ਧਰਨੀਆਂ ਨੇ ਇਹ ਇੰਨਾ ਕੰਮ ਕਹਿੰਦੇ ਜੀ ਹੁਣ ਤੁਸੀਂ ਧਰੋ ਹਾਂਜੀ ਚੌਂਕੀਦਾਰ ਸਾਹਿਬ ਦੱਸੋ ਧਰੋਂਗੇ ਹਾਂ ਵੀ ਰਿੰਕੂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਸਾਡਾ ਫਿਰ ਤੁਹਾਨੂੰ ਸਵਾਲ ਇੱਕ ਹੋਰ ਪਾਵਾਂਗੇ ਆ ਲਓ ਜੀ ਸੰਧੂ ਸਾਹਿਬ ਨੇ ਤਾਂ ਧਰਤੀਆਂ ਇਹ ਕਹਿੰਦੇ ਹੁਣ ਤੁਸੀਂ ਧਰੋ ਹੁਣ ਆਪਾਂ ਦੇਖਦੇ ਹਾਂ ਜੀ ਇਹਨੂੰ ਧਰ ਕੇ ਲੈ ਜੀ ਦਿਖਾਈਏ ਤੁਹਾਨੂੰ ਹੱਲ ਕਰਕੇ ਤਾਂ ਕਿਵੇਂ ਹੁੰਦਾ ਦੇਖੋ ਇੱਕ ਦੋ ਤਿੰਨ ਜਿੱਥੋਂ ਰੋੜੀ ਪਹਿਲੀ ਗਿਣੀ ਆ ਉਰੋਂ ਸਟਾਰਟ ਕਰੀ ਹੈ ਜੀ ਇੱਕ ਦੋ ਤਿੰਨ ਉਰੇ ਰੱਖਤੀ ਜੀ ਇਹ ਉਰੋਂ ਆਪਾਂ ਕਰੀਏ ਸਟਾਰਟ ਇੱਕ ਜਗ੍ਹਾ ਭਰਨੀ ਆ ਇਹ ਹੁਣ ਜਗ੍ਹਾ ਭਰਨੀ ਆਪਾਂ ਨੇ ਹਾਂ ਖਾਲੀ ਨਹੀਂ ਰਹਿਣ ਦੇਣੀ ਹੁਣ ਉਰੋਂ ਕਰ ਲਈ ਸਟਾਰਟ ਜੀ ਆਪਾਂ ਨੇ ਇੱਕ ਦੋ ਤਿੰਨ ਜਗ੍ਹਾ ਭਰੀ ਗਈ ਜੀ ਹਾਂ
ਹੁਣ ਜਿੱਥੋਂ ਸਟਾਰਟ ਕਰੀਏ ਆਪਾਂ ਨੇ ਹੁਣ ਇਹ ਜਗ੍ਹਾ ਭਰਨੀ ਆ ਇੱਕ ਦੋ ਤਿੰਨ ਜੀ ਹਾਂ ਹੁਣ ਆਪਾਂ ਨੇ ਭਰਨੀ ਆ ਉਦੋਂ ਸਟਾਰਟ ਕਰੀ ਤੀ ਇਹੀ ਜਗ੍ਹਾ ਭਰ ਹੋਊਗੀ ਮੈਨੂੰ ਪਰ ਇੱਕ ਦੋ ਤਿੰਨ ਹੁਣ ਭਰਨੀ ਆ ਜੀ ਆਪਾਂ ਨੇ ਆਹ ਜਗ੍ਹਾ ਠੀਕ ਹੈ ਜੀ ਇਹ ਭਰਾਂਗੇ ਆਪਾਂ ਇੱਕ ਦੋ ਤਿੰਨ ਹੁਣ ਆਪਾਂ ਨੇ ਕਰੀਏ ਜੀ ਸਟਾਰਟ ਉਰੋਂ ਹੁਣ ਆਪਾਂ ਨੇ ਭਰਨੀ ਹੈ ਇਹ ਜਗ੍ਹਾ ਇੱਕ ਦੋ ਤਿੰਨ ਠੀਕ ਹੈ ਜੀ ਹੁਣ ਭਰਨੀ ਆਪਾਂ ਨੇ ਆਹ ਜਗ੍ਹਾ ਇੱਕ ਦੋ ਤਿੰਨ ਹੁਣ ਭਰਨੀ ਹੈ ਜੀ ਆਪਾਂ ਨੇ ਆਹ ਜਗ੍ਹਾ ਇਹਨੂੰ ਚੱਕੋ ਉਰੋਂ ਇੱਕ ਦੋ ਤਿੰਨ ਹੁਣ ਭਰਨੀ ਹੈ ਜੀ ਆਹ ਜਗ੍ਹਾ ਇਹਨੂੰ ਆਪਾਂ ਲਾਵਾਂਗੇ ਉਰੋਂ ਇੱਕ ਦੋ ਤਿੰਨ ਆ ਲਓ ਜੀ ਆਨਸਰ ਇਹਦਾ